ਸਵਾਗਤ ਹੈ ਜੀ ਤੁਹਾਡਾ, ਤੁਸੀਂ ਦੇਖ ਰਹੇ ਮਾਲਵਾ ਐਮ ਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ। ਸੰਗਰੂਰ ਸ਼ਹਿਰ ਨਿਵਾਸੀਆਂ ਨੂੰ ਕੂੜੇ ਤੋਂ ਆ ਰਹੀ ਸਮੱਸਿਆ ਨੂੰ ਨਿਜਾਤ ਦਵਾਉਣ ਦੇ ਲਈ 37.50 ਲੱਖ ਰੁਪਏ ਦੀ ਲਾਗਤ ਦੇ ਨਾਲ ਸੰਗਰੂਰ ਨਗਰ ਕੌਂਸਲ ਨੂੰ 5 ਟਾਟਾ ਗੱਡੀਆਂ। ਹਲਕਾ ਦੇ ਵਿਧਾਇਕ ਵੀ ਮਨਰਿੰਦਰ ਕੌਰ ਭਰਾਜ ਅੱਜ ਹਰੀ ਝੰਡੀ ਦੇ ਕੇ ਰਵਾਨਾ ਕਰ ਰਹੇ ਨੇ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਸ ਤੋਂ ਪਹਿਲਾਂ ਨਗਰ ਕੌਂਸਲ ਸੰਗਰੂਰ ਕੋਲ 10 ਗੱਡੀਆਂ ਨੇ ਅਤੇ 5 ਇਹ ਕੂੜਾ ਚੱਕਣ ਵਾਲੀਆਂ ਨਵੀਆਂ ਗੱਡੀਆਂ ਅੱਜ ਦੇ ਦਿੱਤੀਆਂ ਗਈਆਂ ਨੇ, ਤਾਂ ਕਿ ਕਿਸੇ ਵੀ ਸ਼ਹਿਰ ਨਿਵਾਸੀ ਨੂੰ ਕੂੜਾ ਕਰਕਟ ਹੈ ਜਿਹੜਾ ਉਸ ਪੱਖੋਂ ਕੋਈ ਦਿੱਕਤ ਨਾ ਆਵੇ। ਸੋ ਤਸਵੀਰਾਂ ਤੁਹਾਨੂੰ ਟੀਮ ਮਾਲਵਾ ਸਿੱਧੀਆਂ ਸੰਗਰੂਰ ਤੋਂ ਦਿਖਾ ਰਹੇ ਹਾਂ। ਇਸ ਮੌਕੇ ਨਗਰ ਕੌਂਸਲ ਨੂੰ ਜਦੋਂ ਗੱਡੀਆਂ ਦਿੱਤੀਆਂ ਜਾ ਰਹੀਆਂ ਸੀ, ਹਰੀ ਝੰਡੀ ਦਿੱਤੀ ਗਈ ਅਤੇ ਹਲਕਾ ਵਿਧਾਇਕ ਵੀ ਮਨਰਿੰਦਰ ਕੌਰ ਬਰਾਜ ਦਾ ਮੂੰਹ ਮਿੱਠਾ ਕਰਵਾਇਆ ਗਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕੂੜੇ ਦੇ ਡੰਪਾਂ ਨੂੰ ਲੈ ਕੇ ਵੀ ਜੋ ਪਲਾਨਿੰਗ ਤਿਆਰ ਕੀਤੀ ਹੈ ਉਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕਿਸੇ ਵੀ ਸ਼ਹਿਰ ਨਿਵਾਸੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਹਲਕਾ ਵਿਧਾਇਕ ਵੀ ਮਨਰਿੰਦਰ ਕੌਰ ਭਰਾਜ ਉਚੇਚੇ ਤੌਰ 'ਤੇ ਪਹੁੰਚੇ ਨੇ। ਝੰਡੀ ਦੇ ਕੇ ਇਹਨਾਂ 5 ਗੱਡੀਆਂ ਨੂੰ ਰਵਾਨਾ ਕੀਤਾ ਜਾ ਰਿਹਾ। 37.50 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਨਵੀਆਂ ਗੱਡੀਆਂ ਜਿਹੜੀਆਂ ਨਗਰ ਕੌਂਸਲ ਸੰਗਰੂਰ ਨੂੰ ਮਿਲ ਗਈਆਂ ਨੇ, ਤੁਹਾਨੂੰ ਉੱਥੇ ਲੈ ਚੱਲਦੇ ਹਾਂ, ਸੁਣਾਉਂਦੇ ਹਾਂ। ਹਲਕਾ ਵਿਧਾਇਕ ਵੀ ਮਨਰਿੰਦਰ ਕੌਰ ਭਰਾਜ ਕੀ ਕਹਿ ਰਹੇ ਨੇ, ਆ ਜਾਓ ਤੁਸੀਂ ਵੀ ਸੁਣ ਲਓ। ਬਿਲਕੁਲ, ਅੱਜ 37.5 ਲੱਖ ਦੀ ਲਾਗਤ ਦੇ ਨਾਲ ਜਿਹੜਾ ਟਾਟਾ ਏਐਸ ਕੂੜਾ ਕਲੈਕਟ ਕਰਨ ਵਾਲੀਆਂ ਜਿਹੜੀਆਂ ਵੈਨਸ ਨੇ ਜਿਹੜੀਆਂ ਉਹ ਲੋਕ ਅਰਪਿਤ ਕੀਤੀਆਂ ਨੇ, ਉਹਨਾਂ ਨੂੰ ਹਰੀ ਝੰਡੀ ਜਿਹੜੀ ਦਿੱਤੀ ਗਈ ਹੈ ਨਗਰ ਕੌਂਸਲ ਸੰਗਰੂਰ ਦੇ ਵਿੱਚ। ਔਰ 10 ਜਿਹੜੀਆਂ ਅਸੀਂ ਪਹਿਲਾਂ ਲਈਆਂ ਸੀਗੀਆਂ ਅਤੇ 5 ਨੂੰ ਅੱਜ ਜਿਹੜੀ ਹਰੀ ਝੰਡੀ ਦਿੱਤੀ ਗਈ ਹੈ। ਅੱਜ ਕੁੱਲ ਮਿਲਾ ਕੇ 15 ਸਾਡੇ ਕੋਲ ਟਾਟਾ ਏਐਸ ਜਿਹੜੀਆਂ ਹੋਊਗੀਆਂ। ਇਸ ਤੋਂ ਬਾਅਦ ਸਾਡੀ ਕੋਸ਼ਿਸ਼ ਹੈ ਕਿ ਬੜੀ ਜਲਦੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ 15 ਅਸੀਂ ਹੋਰ ਲੈ ਲਈਏ, ਤਾਂ ਜੋ ਇੱਕ ਵਾਰਡ ਦੇ ਵਿੱਚ ਅਸੀਂ ਇੱਕ ਜਿਹੜੀ ਟਾਟਾ ਏਐਸ ਵੈਨ ਜਿਹੜੀ ਕੂੜਾ ਕਲੈਕਟ ਕਰਨ ਵਾਲੀ ਅਸੀਂ ਦੇ ਦਈਏ, ਜਿਹਦੇ ਨਾਲ ਕਿ ਅੱਜ ਸ਼ਹਿਰ ਦੇ ਵਿੱਚ ਜਿਹੜੀ ਸਾਨੂੰ ਕੂੜੇ ਦੀ ਜਿਹੜੀ ਦਿੱਕਤ ਆ ਰਹੀ ਆ, ਜਗ੍ਹਾ ਜਗ੍ਹਾ ਦੇ ਉੱਤੇ ਜਿਹੜੇ ਸੈਕੰਡਰੀ ਜਿਹੜੇ ਡੰਪ ਬਣੇ ਹੋਏ ਨੇ, ਅਤੇ ਉਹਨਾਂ ਨੂੰ ਬੜੀ ਜਲਦੀ ਸਾਡੀ ਕੋਸ਼ਿਸ਼ ਆ ਕਿ ਅਸੀਂ ਉਹ ਸੈਕੰਡਰੀ ਡੰਪ ਨੇ ਜਿਹੜੇ ਉਹਨਾਂ ਨੂੰ ਖਤਮ ਕਰ ਦਈਏ। ਉਹ ਤਾਂ ਹੀ ਖਤਮ ਹੋਣਗੇ ਜਦੋਂ ਸਾਡੇ ਕੋਲ ਮਸ਼ੀਨਰੀ ਹੋਊਗੀ, ਮੈਨਪਾਵਰ ਹੋਊਗੀ। ਸੋ ਉਹਦੇ ਵੱਲ ਇੱਕ ਵੱਡਾ ਕਦਮ ਆ ਜਿਹੜਾ ਅੱਜ ਅਸੀਂ ਜਿਹੜਾ ਚੁੱਕਿਆ, ਔਰ ਮੈਨੂੰ ਉਮੀਦ ਆ ਕਿ ਇਹਦੇ ਨਾਲ ਅਸੀਂ ਸੰਗਰੂਰ ਦੇ ਘੱਟੋ ਘੱਟ ਅਸੀਂ ਅੱਧਾ ਏਰੀਆ ਜਿਹੜਾ ਸੀ ਜਿਹੜਾ ਇਹ ਸੈਕੰਡਰੀ ਡੰਪ ਨੇ ਜਿਹੜੇ ਉਹਨਾਂ ਤੋਂ ਫ੍ਰੀ ਅਸੀਂ ਜਿਹੜਾ ਕਰ ਲਵਾਂਗੇ। ਸੋ ਉਹਦੀ ਜਿਹੜੀ ਵਿਉਂਤਬੰਦੀ ਆ ਜਿਹੜੀ ਪਲਾਨਿੰਗ ਉਹ ਸਾਰੀ ਹੋ ਚੁੱਕੀ ਆ, ਅਤੇ ਸ਼ਹਿਰ ਇੱਕ ਸਾਫ਼ ਸੁਥਰਾ ਸ਼ਹਿਰ ਜਿਹੜਾ ਬਣਾਉਣ ਦੇ ਲਈ ਜਿਹੜਾ ਉਹ ਕਦਮ ਆ ਜਿਹੜਾ ਚੁੱਕਿਆ ਗਿਆ। ਘਰਾਂ ਜਦੋਂ ਕੂੜਾ ਚੱਕਿਆ ਤਾਂ, ਪਰ ਜੇਕਰ ਗੱਲ ਕਰੀਏ ਸੜਕਾਂ ਦੇ ਉੱਤੇ, ਜਿਵੇਂ ਡੰਪ ਦੀ ਤੁਸੀਂ ਗੱਲ ਕਰਦੇ ਹੋ, ਉੱਥੋਂ ਨਹੀਂ ਕਈ ਵਾਰ ਉਹਦੀ ਲਿਫਟਿੰਗ ਕੀਤੀ ਜਾਂਦੀ ਹੈ, ਉਹ ਜਿਹਦੇ ਨਾਲ ਸ਼ਹਿਰ ਦੇ ਸਮੱਸਿਆਵਾਂ ਆਉਂਦੀਆਂ ਉਹਦਾ ਆ ਜਾਂਦਾ। ਬਿਲਕੁਲ, ਉਹਦਾ ਕਾਰਨ ਇਹੀ ਹੈ ਕਿ ਜਿਹੜੇ ਸਾਡੇ ਸਫਾਈ ਕਰਮਚਾਰੀ ਨੇ, ਉਹ ਕੁਛ ਬੀਬੀਆਂ ਵੀ ਨੇ ਵਿੱਚ, ਲੇਡੀਜ਼ ਹੈਗੀਆਂ ਨੇ, ਤਾਂ ਉਹ ਜਦੋਂ ਵੀ ਕੋਈ ਆਪਣੇ ਗਲੀ ਮੁਹੱਲੇ ਦੇ ਵਿੱਚ ਉਹ ਕੂੜਾ ਕਲੈਕਟ ਕਰਕੇ ਲਿਆਉਂਦੀਆਂ ਨੇ, ਗਲੀ 'ਚੋਂ ਲੈ ਕੇ ਆਉਂਦੀਆਂ ਨੇ, ਤਾਂ ਕਾਫੀ ਹੈਵੀ ਹੋ ਜਾਂਦਾ, ਭਾਰਾ ਹੋ ਜਾਂਦਾ, ਅਤੇ ਉਹਨਾਂ ਨੂੰ ਉਹਨੂੰ ਡੰਪ ਤੱਕ ਕੋਈ ਲੈ ਕੇ ਨਹੀਂ ਜਾ ਸਕਦੇ। ਜਿੱਥੇ ਟਰਾਲੀਆਂ ਹੁੰਦੀਆਂ ਨੇ ਉਹ ਵੀ ਕਾਫੀ ਜਗ੍ਹਾ ਦੇ ਪੁਆਇੰਟ ਬਣੇ ਹੋਏ ਨੇ, ਜਿਹਦੇ ਕਰਕੇ ਉਹ ਆਪਣੀ ਜਿਹੜਾ ਕੰਫਰਟ ਦੇਖਦੇ ਹੋਏ ਉਹ ਗਲੀ ਦੇ ਬਾਹਰ ਲਿਆ ਕੇ ਜਿਹੜਾ ਉਹਨੂੰ ਕੂੜੇ ਨੂੰ ਸੁੱਟ ਲੈਂਦੇ ਨੇ। ਉੱਥੋਂ ਕਈ ਵਾਰ ਮੈਂ ਅਸੀਂ ਪਿੱਛੇ ਕੋਸ਼ਿਸ਼ ਕੀਤੀ ਵੀ ਅਸੀਂ ਉਹਨਾਂ ਨੂੰ ਚੁਕਵਾ ਦਈਏ, ਅਸੀਂ ਚੁਕਵਾਏ ਵੀ, ਪਰ ਉੱਥੇ ਪਬਲਿਕ ਦੀ ਹੈਬਿਟ ਇੱਦਾਂ ਦੀ ਬਣ ਜਾਂਦੀ ਹੈ, ਕੋਈ ਆਇਆ ਐਕਟਿਵਾ 'ਤੇ ਲਿਆ ਕੇ ਉਹਨਾਂ ਨੇ ਕੂੜਾ ਜਿਹੜਾ ਉੱਥੇ ਸੁੱਟ ਦਿੰਦੇ ਨੇ। ਸੋ ਜਿਹਦੇ ਕਰਕੇ ਬਦਬੂ ਗੰਦਗੀ ਤਾਂ ਹੁੰਦੀ ਹੁੰਦੀ ਹੈ, ਨਾਲ ਜਿਹੜੇ ਅਵਾਰਾ ਪਸ਼ੂ ਨੇ ਅੱਜ ਉਹਨਾਂ ਦਾ ਵੀ ਇੱਕ ਵੱਡਾ ਮਸਲਾ ਜਿਹੜਾ ਬਣ ਜਾਂਦਾ। ਸੋ ਇਹ ਟਾਟਾ ਏਐਸ ਆਉਣ ਦੇ ਨਾਲ ਅਸੀਂ ਜਿਹੜੀ ਮੈਨਪਾਵਰ ਵੀ ਜਿਹੜੀ ਅਸੀਂ 60 ਜਿਹੜੇ ਸਫਾਈ ਕਰਮਚਾਰੀ ਅਸੀਂ ਉਹ ਨਵੇਂ
ਉਹਨਾਂ ਦੇ ਜੁਆਇਨਿੰਗ ਲੈਟਰ ਵੀ ਹੁਣ ਵੰਡਣੇ ਨੇ, ਉਹਨਾਂ ਦੀ ਟ੍ਰਾਇਲ ਹੋ ਚੁੱਕੀ ਹੈ। ਨਾਲ ਹੀ ਅਸੀਂ ਜਿਹੜੇ ਡਰਾਈਵਰ ਨੇ ਜਿਹੜੇ ਇਹਨਾਂ ਨੂੰ ਚਲਾਉਣ ਦੇ ਲਈ, ਉਹ ਵੀ ਅਸੀਂ ਨਵੇਂ ਜਿਹੜੇ ਭਰਤੀ ਕਰ ਰਹੇ ਹਾਂ, ਅਤੇ ਤਾਂ ਜੋ ਜਿਹੜਾ ਇੱਕ ਪ੍ਰੋਪਰ ਮਸ਼ੀਨਰੀ ਦੇ ਨਾਲ ਪ੍ਰੋਪਰ ਮੈਨ ਪਾਵਰ ਦੇ ਨਾਲ ਜਿਹੜਾ ਕੂੜਾ ਡਾਇਰੈਕਟ ਘਰਾਂ ਦੇ ਵਿੱਚੋਂ ਕਲੈਕਟ ਹੋਵੇ ਅਤੇ ਸੈਕੰਡਰੀ ਡੰਪ ਨੇ ਜਿਹੜੇ ਉਹ ਟੋਟਲੀ ਖਤਮ ਹੋ ਸਕਣ। ਔਰ ਮੈਂ ਸੰਗਰੂਰ ਦੇ ਲੋਕਾਂ ਨਾਲ ਜਿੰਨਾ ਉਹਨਾਂ ਨੇ ਸਾਨੂੰ ਪਿਆਰ ਦਿੱਤਾ, ਅੱਜ ਵੀ ਚਾਹੇ ਲੋਕ ਸਭਾ ਚੋਣ ਦੇ ਵਿੱਚ ਬਹੁਤ ਸਾਰਾ ਪਿਆਰ ਸੰਗਰੂਰ ਦੇ ਲੋਕਾਂ ਨੇ ਦਿੱਤਾ, ਔਰ ਸਾਡਾ ਜਿਹੜਾ ਲੋਕਾਂ ਨਾਲ ਵਾਅਦਾ ਅਤੇ ਜਿਹੜਾ ਉਹਨਾਂ ਨੇ ਵਿਸ਼ਵਾਸ ਜਤਾਇਆ, ਅਸੀਂ ਬੜੀ ਜਲਦੀ ਸੰਗਰੂਰ ਨੂੰ ਜਿਹੜਾ ਜਿਹੜਾ ਕੂੜੇ ਤੋਂ ਜਿਹੜਾ ਸੈਕੰਡਰੀ ਡੰਪ ਨੇ ਉਹਨਾਂ ਤੋਂ ਫ੍ਰੀ ਜਿਹੜਾ ਅਸੀਂ ਕਰਕੇ ਦੇਵਾਂਗੇ। ਮੇਰੇ ਨਾਲ ਇੱਕ ਸਮੱਸਿਆ ਆ ਰਹੀ ਹੈ ਲੋਕਾਂ ਨੂੰ ਪੀਣ ਦੇ ਪਾਣੀ ਦੀ। ਬਿਲਕੁਲ, ਕਿਉਂਕਿ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਇਸ ਵਾਰ ਜਿਹੜੀ ਹੀਟ ਵੇਵ ਆ ਜਿਹੜੀ ਚੱਲੀ ਹੈ, ਔਰ ਗਰਮੀ ਦੇ ਕਾਰਨ ਗਰਮੀ ਲੰਬੀ ਵੀ ਕਾਫੀ ਪੈ ਗਈ ਹੈ, ਉਹਦੇ ਵਿੱਚ ਜਿਹੜੀ ਪਾਣੀ ਦੀ ਕਿੱਲਤ ਅਤੇ ਪਾਣੀ ਦੀ ਲੋੜ ਜਿਹੜੀ ਉਹ ਕਾਫੀ ਹੱਦ ਤੱਕ ਜਿਹੜੀ ਕਈ ਗੁਣਾ ਵੱਧ ਗਈ ਹੈ, ਜਿਹਦੇ ਕਰਕੇ ਇਹ ਜਿਹੜੀ ਦਿੱਕਤ ਆਈ ਹੈ। ਔਰ ਦੂਸਰਾ ਇਹਦੇ ਹੱਲ ਦੇ ਵੱਲ ਜੇ ਮੈਂ ਗੱਲ ਕਰਾਂ ਤਾਂ ਅਸੀਂ ਜਿਹੜੀਆਂ 7 ਜਿਹੜੀਆਂ ਮੋਟਰਾਂ ਨੇ ਸਾਡੀਆਂ ਉਹ 15-15 ਸਾਲ ਪੁਰਾਣੀਆਂ ਨੇ, ਜਿਨ੍ਹਾਂ ਨੂੰ ਕਿ ਸੜ ਜਾਂਦੀ ਹੈ, ਫਿਰ ਬੰਨ ਕੇ ਵਿੱਚ ਸੁੱਟਿਆ ਜਾਂਦਾ, ਉਹਨਾਂ ਦੀ ਕਪੈਸਿਟੀ ਹੈ ਜਿਹੜੀ ਬਹੁਤ ਘੱਟ ਹੈ। ਅਤੇ ਇੱਕ ਤਾਂ ਅਸੀਂ ਉਹ 7 ਜਿਹੜੀਆਂ ਮੋਟਰਾਂ ਨੇ ਉਹਨਾਂ ਨੂੰ ਰਿਪਲੇਸ ਕਰ ਰਹੇ ਹਾਂ, 5 ਨੇ ਜਿਹੜੇ ਮੇਰੇ ਵਾਟਰ ਵਰਕਸ ਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ 'ਚੋਂ 2 ਦਾ ਟੈਂਡਰ ਹੋ ਕੇ ਵਰਕਿੰਗ ਆਰਡਰ ਹੋ ਚੁੱਕੇ ਨੇ, 2 ਅਸੀਂ ਉਹ ਸ਼ੁਰੂ ਕਰਾ ਰਹੇ ਹਾਂ, 2 ਦੇ ਟੈਂਡਰ ਲੱਗ ਚੁੱਕੇ ਨੇ। ਸੋ 1 ਦੀ ਅਜੇ ਸਾਨੂੰ ਜਿਹੜੀ ਲੈਂਡ ਕਲੀਅਰ ਕਰ ਰਹੇ ਹਾਂ ਅਸੀਂ, 5 ਜਿਹੜੇ ਨਵੇਂ ਵਾਟਰ ਵਰਕਸ ਦੇ ਪ੍ਰੋਜੈਕਟ ਨੇ ਜਿਹੜੇ ਸੰਗਰੂਰ ਦੇ ਵਿੱਚ ਇਸ ਵਾਰ ਜਿਹੜੇ ਲੱਗ ਰਹੇ ਨੇ, ਅਤੇ ਮੈਨੂੰ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਜਿਹੜੀ ਪਾਣੀ ਦੀ ਸਮੱਸਿਆ ਸ਼ਹਿਰ ਦੇ ਵਿੱਚ ਨਹੀਂ ਆਊਗੀ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਮੋਟਰਾਂ ਪੁਰਾਣੀਆਂ ਨੇ, ਅਕਸਰ ਜਦੋਂ ਪਾਣੀ ਨਹੀਂ ਆਉਂਦਾ ਉਹਨਾਂ ਗੱਲ ਕੀਤੀ ਜਾਂਦੀ ਪੰਪ ਆਪਰੇਟਰਾਂ ਨਾਲ, ਤੇ ਉਹ ਕਹਿੰਦੇ ਮੋਟਰ ਮੱਚੀ ਹੋਈ ਹੈ। ਹਾਂ ਬਿਲਕੁਲ, ਮੱਚਣ ਤੋਂ ਬਾਅਦ ਬਹੁਤ ਲੰਬਾ ਸਮਾਂ ਜਿਹੜਾ ਹੋ ਜਾਂਦਾ ਵੀ ਮੋਟਰ ਵਾਪਸ ਨਹੀਂ ਆਉਂਦੀ, ਕੀ ਕੋਈ ਇਦਾਂ ਪ੍ਰੋਵੀਜ਼ਨ ਹੋ ਸਕਦਾ ਕਿ ਐਕਸਟਰਾ ਮੋਟਰਾਂ ਲਿਆ ਕੇ ਰੱਖੀਆਂ ਜਾਣ ਤਾਂ ਕਿ ਜੇਕਰ ਕੋਈ ਸਾਡੀ ਦੇਖੋ ਐਕਸਟਰਾ ਵੀ ਜਿਹੜੀਆਂ ਸੀਗੀਆਂ, ਮੈਂ ਜਦੋਂ ਚੈੱਕ ਕਰਾਇਆ ਤਾਂ ਐਕਸਟਰਾ ਵੀ ਸੀਗੀਆਂ ਉਹ ਜਿਹੜੀਆਂ ਪੁਰਾਣੀਆਂ ਹੀ ਮੋਟਰਾਂ ਸੀ ਜਿਨ੍ਹਾਂ ਤੋਂ ਕੰਮ ਲਿਆ ਜਾਂਦਾ ਸੀਗਾ, ਅਤੇ ਅਸੀਂ ਹੁਣ ਇਮੀਡੀਏਟਲੀ ਜਿਹੜਾ ਕਿਉਂਕਿ ਚੋਣ ਜ਼ਾਬਤੇ ਤੋਂ ਬਾਅਦ ਪਹਿਲਾਂ ਤਾਂ ਚੋਣ ਜ਼ਾਬਤੇ ਕਰਕੇ ਅਸੀਂ ਕੋਈ ਐਕਸ਼ਨ ਨਹੀਂ ਲੈ ਸਕੇ ਸੀਗੇ, ਸੋ ਚੋਣ ਜ਼ਾਬਤੇ ਤੋਂ ਬਾਅਦ ਅਸੀਂ ਨਵੀਆਂ ਮੋਟਰਾਂ ਜਿਹੜੀਆਂ ਪਰਚੇਜ਼ ਕੀਤੀਆਂ ਨੇ, ਹੁਣ ਜਿਹੜੀਆਂ ਸਪੇਅਰ ਦੇ ਵਿੱਚ ਨੇ ਉਹ ਵੀ ਸਾਡੀਆਂ ਨਵੀਆਂ ਮੋਟਰਾਂ ਹੋਣਗੀਆਂ, ਅਤੇ ਜਿਹੜੀਆਂ ਪਾ ਰਹੇ ਹਾਂ ਅਸੀਂ ਉਹਨਾਂ ਨੂੰ ਉਹ ਵੀ ਜਿਹੜੀਆਂ ਸਾਡੀਆਂ ਨਵੀਆਂ ਮੋਟਰਾਂ ਜਿਹੜੀਆਂ ਚੱਲਣਗੀਆਂ।